ਮਾਗਲ ਹੋਰਾਂ ਦੀ ਟੀਮ ਦੇ ਲਈ ਕਿੰਨੇ ਸਿੰਘੋਰ ਹੋਰਾਂ ਦੀ ਬੱਬਲ ਹੋਰਾਂ ਦੀ ਟੀਮ ਦੇ ਲਈ ਮਨਾਜ ਸੰਘੇ ਹੋਰਾਂ ਦੀ ਟੀਮ ਦੇ ਲਈ ਖੇਡੇਗਾ ਪੇਟਾਂ ਦੀ ਧਰਤੀ ਦਾ ਚੰਨਾ ਕੋਈ ਜਿਹੜਾ ਸੋਹਣਾ ਦੇਖਦੇ ਵੀ ਇਸ ਵੇਲੇ ਪੰਜਾਰੀ ਹਾਂ ਸਾਹ ਦਾ ਆਦੇਸ਼ ਵਜੋਂ ਅਨੀ ਦੇ ਹਿੱਸੇ ਅਨੀ ਨਵਾਜ਼ ਦੇ ਹਿੱਸੇ ਇੱਕ ਹੋਰ ਪੁਆਇੰਟ ਦਾ ਵਾਅਦਾ ਹੁੰਦਾ ਹੋਇਆ ਦਾਦਾ ਤਿੰਨ ਬੀਸੀ ਦੇ ਖੇਡ ਮੈਦਾਨਾਂ ਦੇ ਵਿੱਚ ਐਸ ਮੋ ਦੇ ਉੱਤੋਂ ਐਂਟਰਟੇਨਮੈਂਟ ਦੇ ਵਿੱਚ ਇੰਡੋਰ ਖੇਡ ਮੈਦਾਨ ਦੇ ਵਿੱਚ ਕਬੱਡੀ ਮੁਕਾਬਲਾ ਹੋਵੇਗਾ ਬਾਕੀ ਤਰਾਸ ਕਬੱਡੀ ਕਲੱਬ ਪਾਰਕ ਕਬੱਡੀ ਕਲੱਬ ਦੇ ਆਪੀ ਰਾਜੇ ਕਬੱਡੀ ਕਲੱਬ ਇੱਕ ਸਾਂਝਾ ਖੇਡ ਮੇਲਾ ਹੋਵੇਗਾ ਆਏ ਸਮੇਂ ਖੁਸ਼ਦੀਪ ਹੈ ਦੂਸਰੇ ਪਾਸੇ ਮੱਖਣ ਹੈ ਇੱਕ ਪਾਸੇ ਖੁਸ਼ਦੀਪ ਹੈ ਇੱਕ ਪਾਸੇ ਮੱਖਣ ਹੈ ਸਫਲਤਾ ਮੱਖਣ ਦੇ ਹਿੱਸੇ ਹੈ ਲੈਵੇਂ ਹੀ ਮਾਇਆ ਕਾਂਖਾਂ ਦੇ ਆਏ ਸਮੇਂ ਹਮ ਦੰਦਰ ਜੀ ਨੇ ਇੱਕ ਕਬੱਡੀ ਦਾ ਡਾਇਮੰਡ ਵੀ ਕਬੱਡੀ ਪਾਉਂਦਾ ਲੈਵੇਂ ਇੱਕ ਕਬੱਡੀ ਖੇਡ ਮੈਦਾਨ ਦੇ ਵਿੱਚ ਪੈ ਜਾ ਰਹੀ ਹੈ ਲੋ ਖੇਡ ਮੈਦਾਨ ਦੇ ਵਿੱਚ ਪਈ ਸੀ ਕਬੱਡੀ ਕਿ ਚੱਕੀਆਂ ਦੇ ਕੋਲ ਬਾਕੀ ਇੱਕ ਇੱਕ ਜਿਹੜੇ ਗਾਗਰ ਨਹੀਂ ਜੋ ਜੋੜ ਕੇ ਹੰਦਿਆਂ ਦਾ ਨੱਚ ਕਰਦੇ ਹਨ ਇਹ ਵੀ ਦਿਆਲ ਪਰਿੰਦਾ ਗੁੱਗਾ ਸ਼ੰਕਰ ਪਿੰਦਾ ਸੀ ਬੋਆ ਦੁਖੀ ਦੇਵਤ ਦਾ ਵੀ ਪੱਟੀ ਹੁੰਦਾ ਸੀ ਪੁਰਾਣੇ ਸਮਿਆਂ ਵਿੱਚ ਨਾ ਹੋਵੇ ਇਹਦਾ ਸਥਾਨ ਹੋਵੇ ਕਿ ਖੇਡੋ ਜਿਹੜਾ ਹਾਲ ਕਬੱਡੀ ਉਸ ਸਰਦਾਰਾਂ ਦੇ ਹਾਰਾਂ ਦੀ ਕਿ ਖੇਡੋ ਜਿਹੜਾ ਹਾਲ ਕਬੱਡੀ ਉਸ ਸਰਦਾਰਾਂ ਦੇ ਆਓ ਜੀ ਕਬੱਡੀ ਅਸਾਂ ਪਿੰਡ ਦੇ ਸਟੇਡੀਅਮ ਦਾ ਜਿਸੇ ਵੀ ਖੇਡ ਮੈਦਾਨ ਦੇ ਵਿੱਚ ਵੀ ਇੱਕ ਕਬੱਡੀ ਉਧਰ ਚਾਰੇ ਜਾਂਦੇ ਵਿੱਚੋਂ ਇੱਕ ਪਾਸੇ ਦਿਸ਼ਾ ਤੋਂ ਆਈ ਹੈ ਨਾਲ ਅਮਰ ਨੌਜਵਾਨ ਕਰੋ ਜਿਹਨੇ ਪੁਰੇ ਹੈ ਖੁਸ਼ੀ ਹੈ ਅਮਰ ਕੌਕਿਆਂ ਦਾ ਜਿਹੜਾ ਰਾਜੇ ਦੇ ਸੰਪਾਇਦ ਆਪਣੀ ਟੀਮ ਦੇ ਸਹਿਯੋਗ ਹੈ ਇਹ ਆਲਮਾਈ ਸਮੇਂ ਦੀ ਗੱਲ ਹੋਣੀ ਹੈ ਜਿਹੜੀ ਟੀਮ ਅੱਜ ਦੇ ਟੂਰਨਾਮੈਂਟ ਦੀ ਬਿਨਾਂ ਬਣੀ ਹੈ ਥੋੜੇ ਸਮੇਂ ਦੇ ਵਿੱਚ ਪਤਾ ਲੱਗੂ ਨਾ ਪੀਸੀ ਕਬੱਡੀ ਦੇ ਪੁਆਇੰਟ ਇਸ ਸਮੇਂ ਜਿਸਾ ਨੌਜਵਾਨ ਪਰਸਾਂ ਪੁਰੇ ਆ ਆਪਣੀ ਟੀਮ ਦੇ ਸਹਿਯੋਗ ਹੈ ਮਾਨੀ ਨੌਜਵਾਨ ਹੈ ਅਗਲੀ ਕਬੱਡੀ ਆਓ ਆਈ ਸਮੇਂ ਪ੍ਰਵਾਹ ਪ੍ਰਵਾਹ ਦੇ ਤੱਕ ਲਈ ਅਸੀਂ ਅਗਲੀ ਕਬੱਡੀ ਆਈ ਹੈ ਕਿ ਭਗਤ ਸਿੰਘ ਦੀ ਬਹੁਤ ਰਾਹ ਖੜੀ ਬੇਟਾ ਸੋਨੀ ਇੱਕ ਪਾਸੇ ਬਾਵੇ ਫਰੀ ਦੀ ਕਰਦੀ ਹੈ।